ਲੁਧਿਆਣਾ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਦੇ ਨੇੜੇ ਸਥਿਤ ਇੱਕ ਚਾਹ ਦੀ ਦੁਕਾਨ ਤੇ ਕੰਮ ਕਰਨ ਵਾਲੇ ਕਰਿੰਦੇ ਨੇ ਜਦ ਇੱਕ ਪੁਲਿਸ ਮੁਲਾਜ਼ਮ ਤੋਂ ਚਾਹ ਦੇ ਪੈਸੇ ਮੰਗੇ ਤਾਂ ਪੁਲਿਸ ਮੁਲਾਜ਼ਮ ਨੇ ਤਾਬੜਤੋੜ ਉਸ ਤੇ ਡੰਡੇ ਨਾਲ ਬਰਸਾਤ ਕਰ ਦਿੱਤੀ। ਵਿਚਾਰੇ ਨੌਕਰ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਪੈਸੇ ਮੰਗਣੇ ਇੰਨੇ ਮਹਿੰਗੇ ਪੈ ਜਾਣਗੇ। ਉਹ ਕੁਝ ਸਮਝ ਪਾਉਂਦਾ ਉਸ ਤੋਂ ਪਹਿਲਾਂ ਹੀ ਉਸ ਦੀ ਮਾਰ ਕੁਟਾਈ ਹੋ ਗਈ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਮਾਮਲਾ ਮੀਡੀਆ 'ਚ ਸਾਹਮਣੇ ਆਉਣ ਤੇ ਹੁਣ ਨੈਬ ਸਿੰਘ ਨਾਮਕ ਸਹਾਇਕ ਸਬ ਇੰਸਪੈਕਟਰ ਤੇ ਕਾਰਵਾਈ ਕਰਨ ਦੀ ਗੱਲ ਉੱਚ ਅਧਿਕਾਰੀ ਕਰ ਰਹੇ ਹਨ ਉੱਤੇ ਪੀੜਿਤ ਨੌਜਵਾਨ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕਰ ਰਿਹਾ ਹੈ। ਜੀ ਰਾਜਾ ਰਾਮ ਕੁਮਾਰ ਸਰ, ਮੁੱਲਾ ਸਟਾਲ 2 ਨੰਬਰ ਗੇਟ 4 ਇੱਥੇ ਲੁਧਿਆਣਾ ਸਟੇਸ਼ਨ। ਜੀ ਇਹ 4 ਵਜੇ ਮਾਰਪੀਟ ਹੋਈ ਹੈ ਔਰ ਉਹ ਵੀ ਜੋ ਮੁਲਾਜ਼ਮ ਨੇ ਕੀ ਹੈ, ਠੀਕ ਹੈ। ਇਹ ਰਿਕਸ਼ਾ ਵਾਲਾ ਆਇਆ ਥਾ, ਉਸਨੇ ਚਾਹ ਮਤਲਬ 4 ਕੱਪ ਮੰਗਾ, 4 ਮੱਟੀ ਮੰਗਾ, ਮੈਨੇ ਪੈਸੇ ਮੰਗਾ, ਪੈਸੇ ਮੰਗਾ, ਉਸਕੇ ਬਾਅਦ ਉਸਨੇ ਦੀਏ ਨਹੀਂ। ਇੱਕ ਫਿਰ ਉਸਕੇ ਬਾਅਦ 2 ਮੁਲਾਜ਼ਮ ਆਇਆ, ਮੁਲਾਜ਼ਮ ਆਇਆ 2 ਸਟਾਰ ਵਾਲੇ, ਠੀਕ ਹੈ, GRP ਥਾਣੇ ਕੀ, ਤੋ ਮੈਨੇ ਪੈਸੇ ਮੰਗੇ ਤੋ ਮਤਲਬ ਜੋ ਪੈਸੇ ਮੰਗਣ ਜਗ੍ਹਾ ਮਤਲਬ ਜੋ ਉਸਨੇ ਮੈਨੂੰ ਬੁਲਾਇਆ ਥਾ, ਬੁਲਾਨੇ ਬਾਅਦ ਮੈਨੇ ਨਹੀਂ ਜਬ ਨਹੀਂ ਗਿਆ, ਮੈਨੇ ਬੋਲਾ ਜਾ ਕੇ ਬਾਸ ਮਾਲਿਕ ਸੇ ਬਾਤ ਕਰੋ, ਤੋ ਉਸਨੇ ਜੋ ਆ ਕੇ ਮੁੰਜੇ ਡੰਡੇ ਮਾਰਨੇ ਲੱਗੇ, 5-6 ਡੰਡੇ ਮਾਰੇ ਮੇਰੇ ਕੋ, ਠੀਕ ਹੈ ਨਾ। ਤੋ ਫਿਰ ਉਸਕੇ ਬਾਅਦ ਫਿਰ ਚਲੇ ਗਏ, ਫਿਰ ਉਸਕੇ ਬਾਅਦ ਚਲੇ ਗਏ, ਫਿਰ ਉਸਕੇ ਬਾਅਦ ਚਾਹ ਵੀ ਲੈ ਗਏ, 4 ਕੱਪ ਚਾਹ ਵੀ ਫਿਰ ਨਾਲ ਲੈ ਗਏ, ਠੀਕ ਹੈ ਨਾ। ਨਾਇਕ GRP ਇੱਕ ਆਗੇ ਆਦੇ ਤੇ, ਪਰ ਜੋ ਆਗੇ ਆਦੇ ਪਏ ਆਗੇ ਪੈਸੇ ਇਤਨੇ ਨਹੀਂ ਦੇਤੇ ਤੇ ਔਰ ਇਤਨੇ ਮਤਲਬ ਜੋ ਹੈ ਕੋਈ ਮਤਲਬ ਜੋ ਸਕਤੀ ਨਹੀਂ ਹੋਤੀ ਥੀ, ਠੀਕ ਹੈ ਨਾ। ਆਗ ਸਾਥ ਬਿੰਦੀ ਮੈਨੇ ਦੇਖਾ ਨਹੀਂ, ਪਰ ਆਗੇ ਹੋ ਸਕਤਾ ਵੀ ਹੋ ਕਿਆ, ਔਰ ਕਿਸੀ ਸਾਥ ਮਾਰਪੀਟ ਕਰਤਾ ਵੀ ਹੋ। ਹਮੇ ਮਾਂਗ ਕਰਤੇ, ਹਮ ਤੋ ਬਸ ਯਹੀ ਮਾਂਗ ਕਰਤੇ, ਹਮਾਰੇ ਇਨਸਾਫ ਮਿਲੇ ਬਸ ਜੀ, ਠੀਕ ਹੈ। ਉਸਕੇ ਕੰਪਲੇਂਟ ਵੀ ਕੀ ਹੈ, ਠੀਕ ਹੈ ਨਾ, ਆਪ ਦੇਖੋ ਕਮਰੇ ਕੋਈ ਕਰਤਾ ਹੈ ਤਬ ਤੋ ਮੈਡੀਕਲ ਕਰਵਾਇਆ, ਸਿਵਲ ਹਸਪਤਾਲ। ਕੱਲ ਰਾਤ ਜਿਹੜੀ ਸਾਡੀ ASI ਦੀ ਕੋਈ ਵੀਡੀਓ ਵਾਇਰਲ ਹੋਈ ਸੀ ਉਹਦੇ ਬਾਰੇ ਮੈਂ ਬਲਾਤਰ ਅਫਸਰਾਂ ਦੇ ਧਿਆਨ ਦੇ ਵਿੱਚ ਲਿਆਂਦਾ। ਉਹਨਾਂ ਨੂੰ ਉਹਨਾਂ ਨੇ ਮੈਨੂੰ ਹਦਾਇਤ ਕੀਤੀ ਆ ਕਿ ਜੋ ਵੀ ਤੱਥ ਹੈਗੇ ਸਾਹਮਣੇ ਲਿਆ ਕੇ ਜੋ ਵੀ ਇਹਨਾਂ ਦੇ ਖਿਲਾਫ਼ ਬਣਦੀ ASI ਦੇ ਖਿਲਾਫ਼ ਕਾਰਵਾਈ ਹੈ ਉਹ ਤੁਸੀਂ ਕਰੋ। ਜੇ ਉਹਨਾਂ ਦੇ ਦੋਵਾਂ ਪਾਰਟੀਆਂ ਨੂੰ ਬੁਲਾਵਾਂਗੇ, ਪਹਿਲਾਂ ਤਾਂ ਉਹਨਾਂ ਨੂੰ ਵੀ ਬੁਲਾਵਾਂਗੇ, ਮੁਜਰਮ ਪਾਰਟੀ ਨੂੰ, ਮੁੜ ਕੇ ਮਦਈ ਪਾਰਟੀ ਨੂੰ, ਜੋ ਵੀ ਗੱਲ ਸਾਹਮਣੇ ਆਈ ਜੇ ਮੁਲਾਜ਼ਮ ਨੇ ਗਲਤੀ ਕੀਤੀ ਆ ਤਾਂ ਉਹਨੂੰ ਜ਼ਰੂਰ ਸਸਪੈਂਡ ਕਰਾਂਗੇ। ਮੁਲਾਜ਼ਮ ਦਾ ਨਾਮ ਨੈਬ ਸਿੰਘ ਆ, ASI ਨੈਬ ਸਿੰਘ। ਇਹ ਕੱਲ ਰਾਤ ਦੀ ਆ, ਇਹ ਮੈਨੂੰ TV ਤੋਂ ਹੀ ਦੇਖਿਆ, ਮੈਨੂੰ ਵੀ ਅੱਜ ਸਵੇਰੇ ਹੀ ਪਤਾ ਲੱਗਿਆ। ਬਲਾਨ ਨਿਊਜ਼ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।